ਕਹਾਣੀ ਇੱਕ ਆਸ਼ਿਕ ਫਕੀਰ ਰਾਜੀ ਜੋ ਆਪਣੀ ਮਹਿਬੂਬ ਦੀ ਯਾਦ ਵਿੱਚ ਤੜਫਦਾ, ਕੁਦਰਤ ਨਾਲ ਗੱਲਾਂ ਕਰਦਾ, ਉਸ ਦੀ ਯਾਦ ਵਿੱਚ ਗੀਤ ਗੁਣਗੁਣਾਉਂਦਾ, ਆਪਣੇ ਦਿਲ ਦੀ ਤੜਪ ਨੂੰ ਬਿਆਨ ਕਰਦਾ, ਇੱਕ ਦਰਗਾਹ 'ਤੇ ਉਸ ਦੀ ਮੱਟੀ ਦੇ ਆਲੇ ਦੁਆਲੇ ਘੁੰਮਦਾ ਅਤੇ ਬੈਠਾ ਰਹਿੰਦਾ। ਉਸ ਦੇ ਬੋਲ ਸੁਣਨ ਵਾਲੇ ਦੇ ਦਿਲ ਨੂੰ ਛੂਹ ਜਾਂਦੇ, ਉਸ ਦੀ ਆਵਾਜ਼ ਸੁਣ ਇੱਕ ਵਾਰ ਪਿਆਰ ਦੇ ਵਿਛੋੜੇ ਦਾ ਮਾਰਿਆ ਕੁਲਬੀਰ ਉਸ ਦੇ ਕੋਲ ਆਉਂਦਾ। ਹੁਣ ਅੱਗੇ ਕਹਾਣੀ। ਓਏ ਕਿੱਥੇ ਜਾ ਕੇ ਬਹਿ ਗਿਆ, ਦੱਸੀ ਖਾਂ ਮੇਰੇ ਸੱਜਣਾ ਤੂੰ ਕਿੱਥੇ ਜਾ ਕੇ ਬਹਿ ਗਿਆ। ਖਾਬ ਤੇਰੇ ਨਾਲ ਹੀ ਜੀਣ ਦਾ, ਖਾਬ ਤੇਰੇ ਨਾਲ ਹੀ ਜੀਣ ਦਾ, ਇਹ ਖਾਬਾ ਵਿੱਚ ਰਹਿ ਗਿਆ। ਦੱਸੀ ਖਾਂ ਮੇਰੇ ਕਿੱਥੇ ਜਾ ਕੇ ਬਹਿ ਗਿਆ। ਕਦੇ ਹੱਥ ਪੈਂਦਾ, ਕਦੇ ਰੋ ਪੈਂਦਾ, ਖਬਰਾਂ ਦਾ ਬਣੀ ਹੁਣ ਟੁੱਟਦਾ ਜਾ ਜੱਪ ਸਾਵਣ ਦੇ ਵਾਂਗੂ ਜੋ ਪੈਂਦਾ। ਸਰਦਾ ਗੱਲਾਂ ਕੱਲਾ ਜਦ ਬੈਠੇ। ਵਾਹ ਭਾਈ ਰਾਜੀ, ਤੇਰੇ ਗਾਣੇ ਧਰਨੀ ਨੂੰ ਸਕੂਨ ਦੇਣ ਵਾਲੇ ਆ ਬਾਈ। ਬਾਈ ਰਾਜੀ, ਬੜੀ ਡੂੰਘੀ ਸੱਟ ਵੱਜੀ ਲੱਗਦੀ ਹੈ ਬਾਈ, ਜਿਹੜਾ ਇਹ ਤੇਰਾ ਲਿਬਾਸ। ਮੇਰੇ ਇਸ ਲਿਬਾਸ ਦੀ ਦਾਸਤਾਂ ਬਹੁਤ ਲੰਬੀਆਂ, ਪਰ ਕਿਸੇ ਨੇ ਇਸ ਲਿਬਾਸ ਦੇ ਪਿੱਛੇ ਛੁਪੀ ਦਾਸਤਾਂ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਤੂੰ ਪਹਿਲਾ ਬੰਦਾ ਹੈ ਜਿਹਨੇ ਜਾਣਨਾ ਚਾਹਿਆ। ਮੈਂ ਦੱਸਾਂਗਾ ਜ਼ਰੂਰ, ਪਰ ਕਦੇ ਫੇਰ। ਦੱਸੀ ਖਾਂ ਮੇਰੇ ਸੱਜਣਾ ਤੂੰ ਕਿੱਥੇ ਜਾ ਕੇ ਬਹਿ ਗਿਆ। ਇੱਕ ਦਿਨ ਫੇਰ ਕੁਲਬੀਰ ਉਸ ਫਕੀਰ ਰਾਜੀ ਕੋਲ ਆਉਂਦਾ ਤੇ ਉਸ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ। ਫਕਰੋ, ਸੱਚਮੁੱਚ ਮੈਂ ਤੁਹਾਡੇ ਦਰਦ ਨੂੰ ਜਾਣਨਾ ਚਾਹੁੰਦਾ। ਕੁਲਬੀਰ ਡੈਫਰ ਕੌਣ? ਮੈਂ ਤੇ ਮੇਰੀ ਸਾਡੇ ਸਦਰਾਂ ਨੂੰ ਬੋਲ ਪਿਆ। ਅਸੀਂ ਪਹਿਲੀ ਨਜ਼ਰ ਪਿਆਰ ਸਰੀਰ ਭੱਜੀ ਸੁਣਾਂ ਦੇ ਵਾਂਗ, ਸਾਨੂੰ ਜੱਜ ਦੀ ਪਰਵਾਹ ਨਹੀਂ। ਅਸੀਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ। ਇਹਦਾ ਮਤਲਬ ਸ਼ਹਿਨਾਜ ਬੇਵਫਾ ਸੀ? ਨਹੀਂ, ਜਿਨ੍ਹਾਂ ਦੇ ਰੋਮ ਰੋਮ ਵਿੱਚ ਇਸ਼ਕ ਰੱਖਿਆ ਨਾ, ਉਹ ਅੱਜ ਵੀ ਮੇਰੇ ਨਾਲ, ਮੇਰੀਆਂ ਪੀੜਾਂ, ਮੇਰੇ ਦਰਦਾਂ, ਹਮਦਰਦ ਦਰਦ, ਉਹ ਅੱਜ ਕਰਿਆ।
ਅਖੀਰ ਇੱਕ ਦਿਨ ਉਹ ਫਕੀਰ ਰਾਜੀ ਆਪਣੀ ਮਹਿਬੂਬ ਦੀ ਯਾਦ 'ਚ ਉਸਦੀ ਮੱਟੀ ਕੋਲ ਬੈਠਾ ਹਮੇਸ਼ਾ ਲਈ ਜਹਾਨ ਤੋਂ ਸਦਾ ਲਈ ਖੋਸ਼ ਹੋ ਗਿਆ।